जी मैं जी तुसा नाल तुसा ना अपना जनाब देसी प्लस टीवी ने विच और आज असा कुल इत्थे अपना पठवार नहीं टीम कट्ठी हुई हुई है और माड़ा ख्याल है तुसा की इन्हां नाल तारफ कराने असा ने कोल जनाब अपना पठवार ने असा कोल राजा वहीद साहब मौजूद नो और प्रेजिडेंट नो अपना पठवार ने इन्हां नाल असा गलबात करने जी राज जी अस्सलाम वालेकुम। अस्सलाम वालेकुम। वालेकुम सलाम जनाब। जनाब अज ने प्रोग्राम ने बारे जनाब जितना भी ये प्रोग्राम किया गया और जिन्ना तरतीब दिता पहले तो उन्होंने असा अप्रीशिएट करने और माशाल्लाह ये अपनी कम्युनिटी और अपने लोगों की एक एंटरटेनमेंट देना और उन्हें की इस चीज़ तुसा की बड़ा क्रेडिट जाना मीडिया की भी और जितने भी ये उन्हें जितना भी इस चीज़ की अच्छे तरीके नाल वो ये किया ने उसी असा अप्रीशिएट करने की जनाब। बड़ी मेहरबानी जी। असा नाल इत्थे राजा जफर साहब भी मौजूद है, ये भी ड्रामा तकन आए नो और लगना ये भी हासे अज किणी ते जा सन जी। राजा जी क्या आखसो अज? हाँ जी, काफ़ी कम करी करी थकी से आज जुलिया, चलो थोड़ा जहा असी खेड़िए छे तो पूरी टीम नाल माशाल्लाह है तो शुक्रिया चौधरी साहब कि जिन्हें मौका दिता है असने खेलने ने। बड़ी मेहरबानी जी। असा नाल इत्थे जनाब नुसरत साहब भी मौजूद है और आखने ऑर्गेनाइज करने नो इस प्रोग्रामे की और जनाब जुलने नुसरत साहब वाले पास है जी। नुसरत जी क्या आखसो ड्रामा तकन आए हो? सलाम शाह जी, सब तो पहले बड़ी मेहरबानी कि तुसा इत्थे इनवाइट किया ते मैं गल कर सा अपने पठवार ने बारे च इस सिलसिले खासकर साढ़े जेडे चेयरमैन साहब जफर कृषि साहब क्या करना क्या चाहने हो तंजीम बनाई ते ए जी इंशाल्लाह असा अपने जितने अपने इत्थे पठवारी भरा है ਉਹਨਾਂ ਵਾਸਤੇ ਕੰਮ ਕਰੀ ਆਪਣੇ ਮੁਲਕਾਂ ਵਾਸਤੇ ਸੋਚਣੇ ਹੋ ਮੁਲਕ ਵਾਸਤੇ ਆਪਣੇ ਪਠਵਾਰ ਵਾਸਤੇ ਮੁਲਕ ਤਾਂ ਪਹਿਰੇ ਨੇ ਜੋ ਬਾਕੀ ਤਾਂ ਪਠਵਾਰ ਦੇ ਬਾਅਦ ਜੈਸੀ ਅਤੇ ਇਹਨਾਂ ਵਾਸਤੇ ਅਸੀਂ ਕੰਮ ਕਰਨੇ ਚਾਹੁੰਦੇ ਹਾਂ ਇਨਸ਼ਾਅੱਲਾ। ਔਰ ਮੈਂ ਇੱਕ ਵਾਰ ਫਿਰ ਆਪਣੇ ਚੇਅਰਮੈਨ ਸਾਹਿਬ ਜਿਹੜੇ ਜ਼ਫਰ ਕ੍ਰਿਸ਼ੀ ਸਾਹਿਬ ਉਹਨਾਂ ਨਾਲ ਇੱਕ ਤਹਿ ਦਿਲ ਨਾਲ ਸ਼ੁਕਰੀਆ ਅਦਾ ਕਰਨਾ ਕਿ ਜਿੰਨਾ ਇਹ ਅਸਾਂ ਕੀ ਆਈਡੀਆ ਦਿੱਤਾ ਔਰ ਇਹ ਪਠਵਾਰ ਗਰੁੱਪ ਅਸਾਂ ਤਸ਼ਕੀਲ ਦਿੱਤਾ। ਮੈਂ ਜੀ ਭੁੱਲੀ ਗਿਆ ਅਸਾਂ ਚੇਅਰਮੈਨ ਔਰਾਂ ਨਾਂ ਕਿਣਨਾ ਔਰ ਚੇਅਰਮੈਨ ਸਾਹਿਬ ਜਨਾਬ ਜ਼ਫਰ ਕੁਰੈਸ਼ੀ ਸਾਹਿਬ ਇਸ ਗਰੁੱਪ ਕੀ ਤਸ਼ਕੀਲ ਦਿੱਤਾ ਸਾ ਔਰ ਆਪਣਾ ਪਠਵਾਰਨੀ ਟੀਮ ਅਸਾਂ ਨਾਲ ਮੌਜੂਦ ਹੈ। ਅਸਾਂ ਨਾਲ ਜਨਾਬ ਇਸ ਟੀਮ ਨੇ ਰੁਕਨ ਜਨਾਬ ਤਾਰਕ ਸਾਹਿਬ ਵੀ ਮੌਜੂਦ ਹੈ। ਵੈਸੇ ਤਾਂ ਕੌਂਸਲੇਟ ਦੀਆਂ ਸਰਵਿਸਿਜ਼ ਵੀ ਜਿਹੜੀਆਂ ਨੇ ਉਹ ਦੇਣੇ ਨੂੰ, ਲੇਕਿਨ ਅੱਜ ਅਸਾਂ ਇਹਨਾਂ ਨਾਲ ਗੱਲਬਾਤ ਸਾਂ ਕੌਂਸਲੇਟ ਤੋਂ ਹਟੀ ਤੇ ਤਾਰਕ ਬਾਈ ਡਰਾਮਾ ਤੱਕਣ ਆਏ ਹੋ, ਕਹਿ ਆਖਸੋ ਨਾਲੇ ਆਪਣਾ ਪਠਵਾਰਨੇ ਵਾਲੇ ਨਾਲ ਕਹਿ ਗੱਲ ਕਰ ਸੋ। ਆਪਣਾ ਪਠਵਾਰ ਜੀ ਜ਼ਫਰ ਕੁਰੈਸ਼ੀ ਸਾਹਿਬ ਨਾਲ ਇੱਕ ਇਨੀਸ਼ੀਏਟਿਵ ਆ, ਅੱਲਾ ਕਰੇ ਕਿ ਉਹਨਾਂ ਕੀ ਕਾਮਯਾਬੀ ਮਿਲੇ। ਅੱਜ ਰੀਸੈਂਟਲੀ ਮਤਲਬ ਕਿ ਅਜੇ ਤਾਂ ਬੱਚਾ ਆ ਛੋਟਾ ਜਿਹਾ ਅਤੇ ਇਨਸ਼ਾਅੱਲਾ ਇਹ ਬੜਾ ਉਸੀ ਹੋਰ ਲੋਕ ਇਸਨੇ ਮਿਲ ਸਨ। ਅਜੇ ਤਾਂ ਅਸੀਂ 10-15 ਬੰਦੇ ਹਾਂ ਤਾਂ ਉਮੀਦ ਹੈ ਕਿ ਅਨਕਰੀਬ ਇਹ 100-150 ਤੱਕ ਪਹੁੰਚੀ ਇਹ ਫਿਗਰ, ਫਿਰ ਉਸ ਤੋਂ ਵੀ ਬੜਾ ਉਸੀ ਅਤੇ ਜਿਹੜਾ ਨਾ ਇਸ ਕੰਮੇ ਕੀ ਅੱਗੇ ਵਧਾ ਸਾਂ। ਅਤੇ ਤੁਸੀਂ ਆਪਣਾ ਤਾਰਫ ਨਹੀਂ ਕਰਾਇਆ, ਤੁਸੀਂ ਵੀ ਦੱਸੋ ਵਰਨਾ ਵੀ ਤੁਸੀਂ ਇਸ ਨੇ ਤਨਜ਼ੀਮ ਨੇ ਜਨਰਲ ਸੈਕਟਰੀ ਹੋ ਅਤੇ ਜੀ ਬਿਲਕੁਲ ਜੀ, ਮੈਂ ਇਸ ਤਨਜ਼ੀਮ ਨਾਲ ਵਾਕਿਆ ਜੀ ਜਨਰਲ ਸੈਕਟਰੀ ਹਾਂ। ਮਹਿਮੂਦ ਤਿਰਮਜ਼ੀ ਮਾੜਾ ਨਾਂ ਆ, ਤਾਰਫ ਤਾਂ ਅੱਗੇ ਮੈਂ ਕਰਾਈ ਰਿਹਾ ਵੈਸੇ। ਅਤੇ ਅਸਾਂ ਜਨਾਬ ਆਸਫ ਮਲਿਕ ਸਾਹਿਬ ਦਾ ਜੁਲਸਾਂ, ਇਹ ਵੀ ਇਸ ਟੀਮ ਨੇ ਰੁਕੋ ਨੇ ਜੀ। ਆਸਫ ਬਾਈ ਤੁਸੀਂ ਕਿਆ ਆਖਸੋ ਕੁਇਕ ਲੀਡਰ ਹੈ ਜੀ? ਅਸਾਂ ਤਾਂ ਪਠਵਾਰ ਸੀ ਆਉਣ ਲੱਗੀ ਸਾਰਿਆਂ ਕੀ ਜਨਾਬ ਵੈਲਕਮ ਕਰ ਰਹੇ ਹਾਂ ਜ਼ਫਰ ਕੁਰੈਸ਼ੀ ਸਾਹਿਬ ਕੀ ਔਰ ਤੁਸਾਂ ਕੀ ਜਨਾਬ ਔਰ ਸਾਡੇ ਨੁਸਰਤ ਸਾਹਿਬ, ਸੈਕਟਰੀ ਸਾਹਿਬ, ਸਦਰ ਸਾਹਿਬ ਸਾਰਿਆਂ ਕੀ ਜਨਾਬ ਅਸਾਂ ਵੈਲਕਮ ਆਖਦੇ ਹਾਂ। ਔਰ ਇਨਸ਼ਾਅੱਲਾ ਅਸਾਂ ਇਸ ਪਠਵਾਰ ਗਰੁੱਪ ਵਿੱਚ ਜਨਾਬ ਅੱਜ ਅਗਰ 15 ਹਾਂ ਤਾਂ ਉਮੀਦ ਹੈ ਕਿ ਅਸਾਂ 15 ਤੋਂ ਜ਼ਿਆਦਾ ਹੋਣੇ ਨੇ ਅਸਾਂ ਉਮੀਦਵਾਰ ਹਾਂ। ਅਸਾਂ ਚਾਹੁੰਦੇ ਹਾਂ ਕਿ ਜ਼ਿਆਦਾ ਜ਼ਿਆਦਾ ਬੰਦੇ ਸਾਡੇ ਪਠਵਾਰ ਗਰੁੱਪ ਵਿੱਚ ਹੋਣ। ਬੜੀ ਮਿਹਰਬਾਨੀ ਜੀ, ਇਹਨਾਂ ਸਾਰੇ ਆਪਣਾ ਪਠਵਾਰ ਗਰੁੱਪ ਨੇ ਅਸਾਂ ਸ਼ੁਕਰੀਆ ਅਦਾ ਕਰਸਾਂ। ਔਰ ਅਸਾਂ ਦੇਸੀ ਟੀਵੀ ਦੀ ਤਰਫੋਂ ਮੈਂ ਸਾਂ ਜੀ, ਤੁਸਾਂ ਆਪਣਾ ਮਹਿਮੂਦ ਤਿਰਮਜ਼ੀ ਔਰ ਅਸਾਂ ਨੇ ਕੈਮਰਾਮੈਨ ਬਾਈ ਅਲੀ ਬਾਈ ਨੇ ਬਹੁਤ ਬਹੁਤ ਸ਼ੁਕਰੀਆ ਤੇ ਦਿਓ ਮੀ ਕੀ ਥੈ ਇਜਾਜ਼ਤ ਜੀ।